ਮੁਹੱਲਾ ਜਲੋਟਿਆਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਤਿੰਨ ਲੇਡੀਜ਼ ਨੂੰ ਫੜਿਆ ਆ। ਕੀ ਗੱਲਬਾਤ ਹੋਈ ਆ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਜਿਨ੍ਹਾਂ ਦਾ ਕੋਈ ਸਮਾਨ ਕੱਢਿਆ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ। ਕੀ ਨਾਂ ਕੀ ਦੱਸੋ? ਅਸੀਂ ਟੇਲਰ ਤੇ ਗਏ ਸੀ ਲਾਡੀ ਟੇਲਰ ਤੇ ਤੇ ਉੱਥੇ ਸਾਡੇ ਮਗਰ ਹੀ ਇਹ ਕਿਤੇ ਚਲ ਗਏ ਤੇ ਅਸੀਂ ਸਾਈਜ਼ ਦੇਣ ਲੱਗ ਗਏ ਪਰਸ ਉਤਾਰ ਕੇ ਰੱਖ ਦਿੱਤਾ ਤੇ ਆਣ ਕੇ ਤੇ ਉੱਪਰ ਚੁੰਨੀ ਦੇ ਕੇ ਪਰਸ ਦੇ ਵਿੱਚ ਮੇਰੇ ਡਾਲਰ ਸੀ ਪਰਸ ਵਿੱਚ ਉਹ ਕੱਢ ਲਿਆ ਇਹਨਾਂ ਨੇ ਤੇ ਮੈਂ ਇੱਕਦਮ ਦੇਖਿਆ ਮੈਨੂੰ ਲੱਗਿਆ ਕਿ ਚੋਰੀ ਕਰਨ ਦੇ ਆ ਜਦੋਂ ਮੈਂ ਦੇਖਿਆ ਉਦੋਂ ਸਾਰੇ ਇਹਨਾਂ ਨੇ ਥੱਲੇ ਸਿੱਟ ਦਿੱਤੇ ਪੈਸੇ ਤੇ ਮੈਂ ਉਨੀ ਵਕਤ ਹੀ ਸਾਰੇ ਥੱਲੇ ਚੱਕ ਲਏ ਤੇ ਫਿਰ ਇਹ ਭੱਜੇ ਆਏ ਉੱਥੋਂ ਸਾਰੇ ਜਾਣੇ ਸਾਡੇ ਮਗਰ। ਮੇਰਾ ਨਾਮ ਰਮਨੀਤ ਕੌਰ ਅਸੀਂ ਮੈਥਪੁਰ ਤੰਦਾਵਰਾ ਤੋਂ ਡਾਲਰ ਵਿੱਚ ਮੇਰਾ 100-150 ਡਾਲਰ ਸੀਗਾ ਬਾਕੀ ਮੇਰੇ ਇਧਰਲੇ ਪੈਸੇ ਵਿੱਚ ਸੀਗੇ ਉਹ ਵੀ ਨਾਲ ਹੀ ਇਹਨਾਂ ਨੇ ਕੱਢੇ। ਕਿੰਨੇ ਜਣੇ ਆਏ? ਕਿੰਨੇ ਜਣੇ ਸੀ ਇਹ? 3 ਜਣੇ ਸਾਡੇ ਮਗਰ ਲੱਗ ਗਏ ਉੱਥੋਂ। ਤੁਹਾਨੂੰ ਕਿਦਾਂ ਪਤਾ ਲੱਗਾ ਡਾਲਰ ਕੱਢਣ ਲੱਗੇ? ਮੈਂ ਜਦੋਂ ਦੇਖਿਆ ਤਾਂ ਮੇਰਾ ਪਰਸ ਖੁੱਲਿਆ ਸੀ ਫਿਰ ਮੈਂ ਇਹਨਾਂ ਵਾਲੇ ਮੂੰਹ ਵਾਲ ਦੇਖਿਆ ਤਾਂ ਮੈਨੂੰ ਸ਼ੱਕ ਹੋਈ ਕਿ ਇਹਨਾਂ ਨੇ ਚੋਰੀ ਕੀਤੀ ਆ ਤੇ ਫਿਰ ਇਹਨੇ ਉਸੇ ਵੇਲੇ ਥੱਲੇ ਸਿੱਟ ਦਿੱਤੇ। ਉਧਰ ਸ਼ਾਇਦ ਕਿਤੇ ਪਾਉਂਦੀ ਪਰ ਇਹਨੇ ਥੱਲੇ ਸਿੱਟ ਦਿੱਤੇ। ਜਦੋਂ ਮੈਂ ਦੇਖਿਆ ਥੱਲੇ ਨੋਟ ਖਿੱਲਰੇ ਪਏ ਫਿਰ ਮੈਂ ਚੱਕ ਕੇ ਸਾਰੇ ਤੇ ਫਿਰ ਮੈਂ ਰੌਲਾ ਪਾਇਆ ਇਹ ਭੱਜੀ ਆਈਆਂ ਉੱਥੋਂ। ਤੇ ਇੱਥੇ ਹੁਣ ਪੁਲਿਸ ਆਈ ਸੀ? ਪੁਲਿਸ ਆਈ ਆ। ਹਾਂਜੀ ਹਾਂਜੀ। ਤੇ ਕੀ ਕੰਪਲੇਂਟ ਕੀਤੀ ਤੁਸੀਂ? ਅਸੀਂ ਚੋਰੀ ਦਾ ਹੀ ਕਿਹਾ ਵੀ ਚੋਰੀ ਕਰ ਰਹੇ ਆ ਪਤਾ ਨਹੀਂ ਹੋਰ ਕਿੰਨੀਆਂ ਕਰਨਗੇ ਚੋਰੀ ਜਿਹੜੇ ਭੱਜ ਗਿਆ ਮੁੜ ਕੇ ਫਿਰ ਬਾਜ਼ਾਰ ਵੱਲ ਨੂੰ ਹੀ ਚੱਲ ਗਿਆ ਅਸੀਂ ਤੇ ਮੋਰੇ ਆਣ ਕੇ ਇਹਨਾਂ ਨੂੰ ਫਿਰ ਦੇਖਿਆ। ਹਾਂਜੀ ਤੁਹਾਡਾ ਕੀ ਨਾਮ ਜੀ? ਅਮਰਜੀਤ ਕੌਰ। ਕਿਹੜਾ ਪਿੰਡ ਆ ਜੀ? ਤੰਦਾਵਰਾ। ਤੰਦਾਵਰਾ ਕੀ ਗੱਲਬਾਤ ਹੋਈ ਭੈਣ ਜੀ? ਕੁਛ ਨਹੀਂ ਅਸੀਂ ਉਹ ਲਾਡੀ ਟੇਲਰ ਦੇ ਗਏ ਸੀ ਹਨਾ। ਅੱਛਾ ਜੀ। ਤੇ ਉੱਥੇ ਪਰਸ ਸਾਡੇ ਦੋਵਾਂ ਦੇ ਰੱਖੇ ਹੋਏ ਸੀ। ਅੱਛਾ ਜੀ। ਤੇ ਇਹਨੂੰ ਫੇਰ ਕਹਿੰਦੀ ਆਂਟੀ ਮੇਰੇ ਪੈਸੇ ਕੱਢ ਲਏ ਆ। ਅੱਛਾ ਜੀ। ਤੇ ਵੇਖਿਆ ਫਿਰ ਉਹਨੇ ਕੱਢੇ ਉਹ ਜਿਹੜੀ ਪਰਲੀ ਆ। ਅੱਛਾ। ਇਹ ਹਾਂ ਪਰਲੀ ਨੇ ਕੱਢੇ ਤੇ ਸਿੱਟ ਦਿੱਤੇ ਉਹਨੇ ਥੱਲੇ ਹਨਾ। ਹਾਂ ਤਾਂ ਹੋ ਜਣੀ ਬਚਾ ਹੋ। ਹਾਂਜੀ ਹਾਂਜੀ ਬਚਾ ਤਾਂ ਹੋ ਗਿਆ। ਹਾਂਜੀ। ਤੇ ਪੈਸੇ ਪੁਲਿਸ ਨੂੰ ਤੁਸੀਂ ਕੰਪਲੇਂਟ? ਹਾਂਜੀ ਬਿਲਕੁਲ। ਆਪਣਾ ਭਾਈ ਦੀਪਾ ਟੇਲਰ ਆ ਨਿਊ ਸਟਾਰ ਟੇਲਰ ਤੇ ਆਪਣੇ ਕੋਲ ਕਸਟਮਰ ਆਏ ਜਿੱਦਾਂ ਹੁਣੇ ਥੋੜੀ ਦੇਰ ਪਹਿਲਾਂ ਬਲੇਤਨਾ ਸੀ ਤੰਦਾਵਰੇ ਤੋਂ ਸੀ ਉਹਨਾਂ ਦੇ ਨਾਲ 3-4 ਹੋਰ ਲੇਡੀ ਸੀਗੀਆਂ ਉਹ ਇਕੱਠੇ ਹੋਏ ਸਾਰੇ ਇੱਥੇ ਕਿਹਾ ਸ਼ਾਇਦ ਕਸਟਮਰ ਹੀ ਆ ਉਹਨੇ ਜਿੱਦਾਂ ਸਾਡੇ ਕੋਲ ਆ ਕੇ ਇੱਥੇ ਪੁੱਛਿਆ ਵੀ ਭਾਈ ਸੂਟ ਦੀ ਸਿਲਾਈ ਕੀ ਲੈਂਦੇ ਤੁਸੀਂ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਜੋ ਸਿਲਾਈ ਚੱਲਦੀ ਆ ਤੇ ਉਸ ਤੋਂ ਬਾਅਦ ਉਹ ਬਹਿ ਗਏ ਆ ਤੇ ਦੂਸਰਾ ਕਸਟਮਰ ਵੀ ਬਹਿ ਗਿਆ ਦੋਨੋਂ ਬਹਿ ਗਏ ਅਸੀਂ ਕਿਹਾ ਸ਼ਾਇਦ ਸੇਮ ਇਕੱਠੇ ਹੀ ਆ ਸਾਰੇ ਪਰ ਪਤਾ ਨਹੀਂ ਫਿਰ ਉਹਨਾਂ ਦੇ ਪੈਸੇ ਜਿੱਦਾਂ ਕੱਢ ਲਏ ਲੇਡੀਜ਼ ਦੇ ਬੈਗ ਵਿੱਚੋਂ ਜਦੋਂ ਪੈਸੇ ਕੱਢੇ ਤੇ ਬਾਅਦ ਉਹਨੇ ਰੌਲਾ ਪਾ ਲਿਆ ਤੇ ਉਹ ਸੈੱਟ ਕੇ ਦੌੜ ਗਈਆਂ 3 ਜਣੀਆਂ ਸੀਗੀਆਂ 3 ਜਣੀਆਂ ਲੇਡੀਜ਼ ਸੀ ਉਹ ਸੈੱਟ ਕੇ ਦੌੜ ਗਈਆਂ ਫਿਰ। ਅੱਛਾ ਤੇ ਤੁਹਾਡੀ ਦੁਕਾਨ ਦਾ ਨਾਮ ਲਾਡੀ ਆ? ਨਹੀਂ ਨਹੀਂ ਦੀਪਾ ਟੇਲਰ ਨਹੀਂ ਜਿਹੜਾ ਜਿਹਨੇ ਦੱਸਿਆ ਉਹ ਤਾਂ ਕਹਿੰਦੇ ਲਾਡੀ ਆ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ। ਹਾਂਜੀ। ਇਹ ਅੱਗੇ ਵੀ ਕਸਟਮਰ ਆਉਂਦੇ ਹੈਗੇ ਤੁਹਾਡੇ ਕੋਲ? ਜਿਹੜੇ ਸਾਡੇ ਪੱਕੇ ਕਸਟਮਰ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਤਾਂ ਸਾਡੇ ਰੈਗੂਲਰ ਹੀ ਆਉਂਦੇ ਆ ਸਾਡੇ ਕੋਲ ਪਰ ਉਹ ਨਵੀਆਂ ਲੇਡੀਜ਼ ਸੀਗੀਆਂ 3 ਜਣੀਆਂ। ਅੱਛਾ। ਉਹ ਨਹੀਂ ਅਸੀਂ ਪਹਿਲਾਂ ਦੇਖੀਆਂ ਕਦੀ ਵੀ। ਕਿਸ ਤਰ੍ਹਾਂ ਦੀਆਂ ਸੀਗੀਆਂ? ਸੈਂਸਨਾ ਵਗੈਰਾ ਸੀ ਜਾਂ ਕਿਸ ਤਰ੍ਹਾਂ ਸੀ? ਹਾਂਜੀ ਸੈਂਸਨਾ ਸੀ। ਸੈਂਸਨਾ ਹੀ ਲੱਗਦੀਆਂ ਤੇ ਸ਼ਕਲ ਤੋਂ ਸੈਂਸਨਾ ਸੀ। ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ? ਨਹੀਂ ਭਾਈ ਆਪਣੇ ਕੈਮਰੇ ਨਹੀਂ ਲੱਗੇ ਕੋਈ ਵੀ। ਸਰ ਕੀ ਨਾਮ ਜੀ? ਕਾਂਸਟੇਬਲ ਹਰਪ੍ਰੀਤ ਸਿੰਘ। ਕਿਹੜਾ ਥਾਣਾ ਜੀ? ਥਾਣਾ ਸਦਰ ਸਿਟੀ। ਕੀ ਗੱਲਬਾਤ ਹੋਈ ਜੀ? ਇਹਨਾਂ ਨੇ ਜੀ ਚੋਰੀ ਚੋਰੀ ਕੀਤੀ ਆ। ਦੁਕਾਨ ਦੇ ਵਿੱਚ ਲੇਡੀ ਬੈਠੀ ਸੀ ਉਹਨਾਂ ਦੇ ਪਰਸ ਦੇ ਵਿੱਚ ਇਹਨਾਂ ਨੇ ਪੈਸੇ ਕੋਈ ਕੱਢੇ ਆ ਇਹਨਾਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਰਿਪੋਰਟ ਕੀਤੀ ਸੀ ਅਸੀਂ ਇਹਨਾਂ ਥਾਣੇ ਲੈ ਕੇ ਚੱਲਦੇ ਹਾਂ ਅਤੇ ਕਰਦੇ ਹਾਂ ਜੀ। ਹਾਂ ਕਾਰਵਾਈ ਹੁਣ ਪੁੱਛ ਦੱਸ ਕਰਕੇ ਹੀ ਅੱਗੇ ਜਿਵੇਂ ਕਰਨਗੇ ਹੁਣ ਕਾਰਵਾਈ ਕਰਾਂਗੇ।